नीटू शर्टा वाला हमेशा ही चर्चा के विच रहिंदा है। हुण नीटू शर्टा वाला मॉडल बन के गायक नवीन नवी के नवे गाने व्याह वाले बाजी के विच नजर आएगा। अमृतसर का रहने वाला सिंगर नवीन नवी अपनी पूरी नवे गाने के स्टार कास्ट नाल अमृतसर विशेष तौर पर पहुंचा। नीटू शर्टा वाला ब्लैक हिल म्यूजिक के वालों गीत को रिलीज किया गया। नवे साल वाले दिन नवीन नवी सिंगर का यह पंजवां प्रोजेक्ट है। इस गाने के विच मुख्य भूमिका नीटू शर्टा वाले ने निभाई है। इस गीत विच मॉडल हरप्रीत हैप्पी ने काम किया है। इस गीत विच कॉमेडी है, की है पूरा प्रोजेक्ट, आओ देखते हैं। ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਭਗਵਾਨ ਵਾਲਮੀਕ, ਜੈ ਗੁਰੂ ਰਵਿਦਾਸ। ਹਾਲੇਲੂਇਆ, ਗੌਂਸ ਪਾਕ, ਖੁਸ਼ੀਆਂ ਦੇ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ। ਜੈ ਮਾਂ ਚਿੰਤਪੁਰਨੀ। ਔਰ ਮੈਂ ਤੁਹਾਡੇ ਸਾਰੇ ਦੇ ਸਤਿਕਾਰਯੋਗ, ਮੈਂ ਥੋੜ੍ਹਾ ਜਿਹਾ ਮੈਨੂੰ ਕਨਫਿਊਜ਼ ਹੋ ਗਿਆ ਸੀਗਾ ਵੀ ਭਾਅ ਜੀ ਨੇ ਕਿਹਾ ਬਲੈਕ ਹਿਲ ਤੋਂ ਗਾਣਾ ਕਰਨਾ ਸੀਗਾ, ਅਤੇ ਮੇਰੇ ਦਿਮਾਗ 'ਚ ਸੀਗਾ ਕਿ ਇਹਨਾਂ ਨੇ ਕਿਹਾ ਮੈਨੂੰ ਕਿ ਆਪਾਂ ਤੀਸਰੇ 'ਚ ਕਰਨਾ, ਨੈਕਸਟ ਜਿਹੜਾ ਕਹਿੰਦੇ ਸੀ ਕਰਾਂਗੇ, ਅਤੇ ਪਰ ਲੇਕਿਨ ਚਲੋ ਇਹ ਵੀ ਬਲੈਕ ਜਿਹੜਾ ਗਾਣਾ ਆਪਾਂ ਕਰਨਾ ਬਲੈਕ ਹਿਲ ਤੋਂ ਹੀ ਕਰ ਰਹੇ ਹਾਂ ਆਪਾਂ, ਅਤੇ ਗਾਣਾ ਵਿਆਹ ਦੇ ਵੱਜਿਆ ਜੀ, ਬਹੁਤ ਵਧੀਆ ਗਾਣਾ, ਸਾਡੀ ਪੂਰੀ ਮਿਹਨਤ ਔਰ ਪੂਰਾ ਜਲੂਸ ਲੱਗਾ ਉਹਦੇ ਵਿੱਚ, ਮਤਲਬ ਪੂਰਾ ਮੈਂ ਆਪਣਾ ਜਿੰਨਾ ਵੀ ਹਾਸਾ ਮਖੌਲ ਹੈ ਮੈਂ ਤੁਹਾਨੂੰ ਦਿਖਾਉਣ ਦੀ ਆਪਣੀ ਮੈਂ ਗੱਲ ਕਰ ਰਿਹਾ, ਬਾਕੀ ਸਾਰੇ ਕਿਰਦਾਰ ਬਹੁਤ ਵਧੀਆ ਨਿਭਾਏ ਹੈ। ਜਿਹੜਾ ਗਾਣਾ ਵਾ ਨਾ, ਆਹ ਗਾਣਾ ਸਿਰਫ ਐਂਡ ਵਾ, ਇਸ ਤੋਂ ਉੱਤੇ ਜੇ ਕੋਈ ਗਾਣਾ ਲਿਖ ਸਕਦਾ ਤਾਂ ਸ਼ਾਇਦ ਬੰਬੇ ਵਾਲੇ ਵੀ ਨਹੀਂ ਲਿਖ ਸਕਦੇ ਨਾ ਭਾਅ ਜੀ। ਬਿਲਕੁਲ ਜੀ, ਬਿਲਕੁਲ। ਮੈਂ ਜਿਹੜਾ ਗਾਣਾ ਮਤਲਬ ਚਲੋ ਗਾਣਾ ਤਾਂ ਆਪਾਂ ਰਿਲੀਜ਼ ਕਰਨਾ ਹੀ ਹੈ, ਬਲੈਕ ਹਿਲ ਤੋਂ ਜਿਹੜਾ ਗਾਣਾ ਆ ਰਿਹਾ ਤੁਹਾਡੇ ਲਈ ਇੱਕ ਤੋਹਫ਼ਾ ਨਵੇਂ ਸਾਲ ਦਾ ਵਾ ਭਾਅ ਜੀ। ਟਾਈਮ ਕਿਹੜੇ, ਟਾਈਮ ਕੀ ਹੈ? ਹਾਂਜੀ, ਇੱਕ ਜਨਵਰੀ। ਇੱਕ ਜਨਵਰੀ ਕਿੰਨੇ ਵਜੇ ਦਾ? ਇਹ ਸਵੇਰੇ 9 ਵਜੇ ਦਾ। ਸਵੇਰੇ 9 ਵਜੇ 1 ਜਨਵਰੀ ਤੁਸੀਂ ਦੇਖਣ ਨੂੰ ਤਿਆਰ ਹੋ ਜਾਓ। ਸੋ ਗਾਣਾ ਬਹੁਤ ਵਧੀਆ, ਵਿਆਹ ਦੇ ਵਾਜੇ ਜਿਹੜੇ ਵਾਜੇ ਵੱਜਣਗੇ ਉਹ ਤੁਹਾਨੂੰ ਨਜ਼ਰ ਆਉਣਗੇ। ਭਾਅ ਜੀ ਨੇ ਵੀ ਵਜਾਉਣੀ ਨਾਲ, ਬਹੁਤ ਫਨੀ, ਮਤਲਬ ਇੱਦਾਂ ਦਾ ਫਨੀ ਸੌਂਗ ਹੈ ਨਾ ਕਿ ਜਿਹੜਾ ਦੇਖੇਗਾ ਉਹਨੂੰ ਆਪਣੇ ਵਿਆਹ ਦੀ ਯਾਦ ਤਾਂ ਜ਼ਰੂਰ ਆਏਗੀ ਯਾਰ। ਜੇ ਨਹੀਂ ਆਏਗੀ ਤਾਂ ਗੁਆਂਢੀਆਂ ਦਾ ਵਿਆਹ ਆ ਜਾ ਕਿਤੇ ਭੰਗੜਾ ਪਾਇਆ ਹੋਗਾ, ਉਹਨੂੰ ਯਾਦ ਆਏਗਾ ਕਿ ਯਾਰ ਮੈਂ ਵਿਆਹ 'ਤੇ ਭੰਗੜਾ ਪਾਇਆ ਸੀਗਾ ਅਤੇ ਗਾਣੇ 'ਤੇ ਲੱਗੇ ਸੀ, ਗਾਣਾ ਕਿਹੜਾ ਲੱਗਾ ਸੀਗਾ? ਵਿਆਹ ਦੇ ਵਾਜੇ। ਨੀਟੂ ਭਾਅ ਜੀ, ਫਿਰ ਤੁਹਾਡੇ ਪੂਰੇ ਵਾਜੇ ਵੱਜਣੇ ਜੀ, ਅਤੇ ਉਹਦੇ ਵਿੱਚ ਵਾਜੇ ਵੱਜਣੇ, ਹੋਰ ਕੀ ਹੋਣਾ ਸੀ? ਆਹ ਹੁਣੀ ਵੱਜ ਗਏ ਸੀਗੇ, ਮੈਂ ਹੁਣੀ ਕੰਫਿਊਜ਼ ਹੋ ਗਿਆ ਕਿ ਯਾਰ ਇਹ ਕਹਿਣਗੇ ਪਹਿਲਾਂ ਵੀ ਮੇਰੇ ਵਾਜੇ ਵਜਾਏ, ਹੁਣ ਵੀ ਵਾਜੇ ਵਜਾਉਣ ਦੇ। ਐਕਚੁਅਲੀ ਦੇਖੋ, ਮੈਂ ਕੋਈ ਝੂਠ ਨਹੀਂ ਮਾਰਦਾ ਕਿਉਂਕਿ 2 ਘੰਟੇ ਤੋਂ ਪਹਿਲਾਂ ਲੇਟ ਸੀਗਾ, ਆਹ ਥੋੜ੍ਹਾ ਹੋਰ ਇੱਕ ਪੰਗਾ ਜਿਹਾ ਪੈ ਗਿਆ। ਚਲੋ ਚੰਗੇ ਵੇਲੇ ਸਾਰੇ ਭਾਅ ਜੀ ਸਾਰੇ ਆਪਣੇ ਸੂਝਵਾਨ ਬੰਦੇ ਆ, ਸਾਰੇ ਮੇਰੇ ਵੀਰਾਂ ਨੇ ਮੈਨੂੰ ਸਮਝਾਇਆ ਵੀ ਨਹੀਂ ਇੱਦਾਂ ਨਹੀਂ। ਚਲੋ ਗਾਣਾ ਚਲੋ ਛੋਟੇ ਤੋਂ ਬੰਦਾ ਵੱਡਾ ਹੁੰਦਾ, ਅਤੇ ਜੇ ਆਪਾਂ ਕਹੀਏ ਪਹਿਲਾਂ ਵੀ ਵੱਡੇ, ਤਾਂ ਮੈਂ ਸੋਚਿਆ ਸੀਗਾ ਵੀ ਭਾਅ ਜੀ ਕਹਿੰਦੇ ਨੈਕਸਟ ਪ੍ਰੋਗਰਾਮ ਤੁਹਾਡੇ ਆਉਣੇ ਵੱਡੇ ਵੱਡੇ ਲੇਵਲ 'ਤੇ ਆਉਣਗੇ, ਅਤੇ ਜੋ ਬਲੈਕ ਹਿਲ ਤੋਂ ਗਾਣਾ ਪੈ ਗਿਆ ਸਾਡੇ ਵਿਆਹ ਦੇ ਵਾਜੇ, ਇਹ ਮਤਲਬ ਇੱਕ ਦੇਖਣ ਵਾਲਾ ਗਾਣਾ, ਲੋਕਾਂ ਨੂੰ ਇੱਕ ਵੱਖਰਾ ਅੰਦਾਜ਼ ਔਰ ਵੱਖਰੇ ਐਟੀਟਿਊਡ ਨਾਲ ਗਾਣਾ ਮਿਲ ਰਿਹਾ। ਜਿਹੜਾ ਐਟੀਟਿਊਡ ਮਿਲ ਰਿਹਾ ਨਾ, ਮੇਰਾ ਖਿਆਲ ਨਹੀਂ ਹੈਗਾ ਕਿ ਸ਼ਾਇਦ ਭਗਵੰਤ ਮਾਨ ਨੇ ਵੀ ਇੱਦਾਂ ਦਾ ਕੋਈ ਗਾਣਾ ਕੱਢਿਆ ਹੋਵੇ। ਭਾਈ ਭਗਵੰਤ ਮੁੱਖ ਮੰਤਰੀ ਨੀ, ਮੈਂ ਜਿਹੜੇ ਪਹਿਲੇ ਕੈਸਟਾਂ ਕੱਢੀ, ਜਿਹੜੀ ਪਹਿਲੇ ਸਾਡੇ ਸਾਥੀ ਹੈ ਜੀ, ਅਸੀਂ ਇਕੱਠਾ ਹੀ ਕੰਮ ਕੀਤਾ ਵਾ, ਲਿਸ਼ਕਾਰਾ ਪ੍ਰੋਗਰਾਮ ਦੇ ਵਿੱਚ ਕੀਤਾ ਵਾ ਜੀ, ਦੂਰਦਰਸ਼ਨ 'ਚ ਕੰਮ ਕੀਤਾ ਵਾ। ਸੂਰੀ ਸਾਹਿਬ ਸਾਡੇ ਵੱਡੇ ਭਾਈ ਸਾਹਿਬ ਸੀਗੇ, ਸਾਡੇ ਤਾਇਆ ਜੀ ਜਲੰਧਰ ਦੂਰਦਰਸ਼ਨ ਦੇ ਵਿੱਚ, ਅਸੀਂ ਸਾਰੇ ਉੱਥੇ। ਨੈਕਸਟ ਟਾਈਮ ਘੁੱਲਾ ਭਾਅ ਜੀ ਕਿ ਭੋਟੂ ਸ਼ਾਹ ਜੀ, ਉਹਨਾਂ ਦੇ ਬੇਟੇ ਸਾਰੇ ਆਪਾਂ ਇਕੱਠੇ ਕੰਮ ਕਰਦੇ ਨੇ। ਸੋ ਆਹ ਗਾਣਾ ਜਿਹੜਾ ਵੱਖਰੇ ਇੱਕ ਐਟੀਟਿਊਡ ਲੈ ਕੇ ਆ ਰਿਹਾ ਵਿਆਹ ਦੇ ਵਾਜੇ ਔਰ ਬਲੈਕ ਹਿਲ ਦੇ ਵਿੱਚ ਗਾਣਾ ਤੁਸੀਂ ਸੁਣੋ ਬਲੈਕ ਹਿਲ, ਔਰ ਇਸ ਗਾਣੇ ਨੂੰ ਅਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ, ਅਤੇ ਮੇਰੇ ਭਰਾ ਬਹੁਤ ਜ਼ਿਆਦਾ ਮਿਹਨਤ, ਜਿਹੜੇ ਮੇਰੇ ਜਿਹੜੇ ਮੈਨੂੰ ਪਿਆਰ ਕਰਦੇ ਆ ਉਹ ਇਸ ਗਾਣੇ ਨੂੰ ਲਾਈਕ ਔਰ ਕਮੈਂਟ ਔਰ ਸ਼ੇਅਰ ਜ਼ਰੂਰ ਕਰਨਗੇ, ਕਿਉਂਕਿ ਵਿਆਹ ਦੇ ਵਾਜੇ ਨਵੇਂ ਸਾਲ 'ਤੇ ਵੱਜ ਰਹੇ ਆ, ਅਤੇ ਜ਼ਰੂਰ ਦੇਖਿਓ ਤੁਸੀਂ। ਨੀਟੂ ਭਾਅ ਜੀ, ਤੁਹਾਨੂੰ ਵੇਟ ਕਰ ਕਰਕੇ ਕਾਫੀ ਜਾਣੇ ਤਾਂ ਚੱਲ ਵੀ ਗਏ ਨੇ, ਅਤੇ ਕੀ ਸਮਝੇ, ਕੋਈ ਤੁਹਾਡੀ ਮਜਬੂਰੀ ਸੀ ਜਾਂ ਸ਼ਾਹਰੁਖ ਖਾਨ ਦੀ ਕੋਈ ਫੀਲਿੰਗ ਆ ਰਹੀ? ਨਹੀਂ ਨਹੀਂ ਸਰ, ਮੈਂ ਇੱਕ ਬਹੁਤ ਵੱਡੀ ਮਜਬੂਰੀ ਸੀ ਮੇਰੀ, ਅਤੇ ਮਜਬੂਰੀ ਵੀ ਕਾਹਦੀ ਸੀਗੀ, ਕਹਿੰਦੇ ਨਾ ਗੱਲ ਪਿਆ ਫਾ, ਗੱਲ ਪਿਆ ਢੋਲ ਵਜਾਉਣਾ ਪੈਂਦਾ, ਉਹ ਹਿਸਾਬ ਸੀਗਾ। ਮੈਂ ਕਿਸੇ ਨੂੰ ਕਿਹਾ ਬੈਠਾ ਤੂੰ ਵੀ ਆ ਜਾ, ਕਿਉਂਕਿ ਆਹ ਸਾਡਾ ਜਿਹੜਾ ਚੰਡੀਗੜ੍ਹ ਪ੍ਰੋਗਰਾਮ ਹੈ ਉੱਥੇ ਵੀ ਸਾਡੇ ਸੀ ਐੱਮ ਸਾਹਿਬ ਆ ਰਹੇ ਹੈ, ਅਤੇ ਅੱਜ ਚੰਡੀਗੜ੍ਹ ਸਾਡਾ ਪ੍ਰੋਗਰਾਮ ਹੈ 12 ਤੋਂ ਲੈ ਕੇ 12 ਦੇ 12 ਵਜੇ ਤੱਕ। ਬੜਾ ਖੁੱਲ੍ਹਾ ਟਾਈਮ ਦਿੱਤਾ ਰਸਤੇ ਦੇ ਵਿੱਚ, ਤੁਹਾਨੂੰ ਸੈਲਫੀ ਲੈਣ ਲਈ ਵੀ ਲੋਕ ਰੁਕੇ ਹੋਣਗੇ ਸ਼ਾਇਦ, ਟਾਈਮ ਲੱਗਾ ਹੋਵੇ? ਨਹੀਂ, ਮੈਂ ਸੈਲਫੀ ਕਿਸੇ ਨੂੰ ਨਹੀਂ, ਮੈਂ ਮੂੰਹ ਤੇਰਾ ਮਾਲ ਬਣ ਗਿਆ, ਮੈਂ ਕਿਹਾ ਮੈਂ ਕਿਤੇ ਨਹੀਂ ਰੁਕਣਾ, ਨਾ ਕਿਸੇ ਦਾ ਫੋਨ ਚੱਕਣਾ, ਮੈਂ ਸਿੱਧਾ ਇੱਥੇ ਰੁਕਣਾ। ਪਰ ਫਿਰ ਵੀ ਮੈਂ 2 ਘੰਟੇ ਲੇਟ ਹੋਇਆ, ਮੈਂ ਬਹੁਤ ਬਹੁਤ ਮਾਫ਼ੀ ਮੰਗਦਾ ਸਾਰਿਆਂ ਤੋਂ, ਕਿਉਂਕਿ ਮੈਂ ਲੇਟ ਆਇਆ, ਅਤੇ ਮੈਂ ਅੱਜ ਜਿਹੜੀ ਗਲਤੀ ਕੀਤੀ ਦੁਬਾਰਾ ਨਹੀਂ ਗਲਤੀ ਕਰੂੰਗਾ, ਜਿਹੜਾ ਇੱਕ ਟਾਈਮ ਦਊਂਗਾ ਮੈਂ ਅੱਗੇ ਤੋਂ, ਜੋ ਮਰਜ਼ੀ ਹੋ ਜਾਏ ਉਸ ਟਾਈਮ 'ਤੇ ਪਹੁੰਚਿਆ ਕਰੂੰਗਾ। ਅਤੇ ਬਾਕੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ, ਮੁਬਾਰਕਾਬਾਦ ਦਿੰਦਾ। ਜਿਹੜੇ ਵਿਆਹ ਦੇ ਵਾਜੇ ਗਾਣਾ ਨੈਕਸਟ ਵਾਲਾ ਆਇਆ ਵਾ 1 ਤਰੀਕ ਨੂੰ ਸਵੇਰੇ 9 ਵਜੇ ਗਾਣਾ ਆ ਰਿਹਾ ਬਲੈਕ ਹਿਲ ਤੋਂ, ਸਾਰੇ ਹੀ ਅੱਜ ਆਪਣਾ ਟੀਜ਼ਰ ਹੈ, ਅਤੇ ਜਿਹੜਾ ਬਲੈਕ ਹਿਲ ਤੋਂ ਗਾਣਾ 1 ਤਰੀਕ ਨੂੰ ਸਵੇਰੇ 9 ਵਜੇ ਆ ਰਿਹਾ ਨਵੇਂ ਸਾਲ ਵਾਲੇ ਦਿਨ, ਇਸ ਤੋਂ ਵੱਡੀ ਖੁਸ਼ੀ ਨਹੀਂ ਹੋ ਸਕਦੀ ਕੋਈ ਹੋਰ, ਕਿਉਂਕਿ ਜਿਹੜਾ ਮੇਰਾ ਪਿਆਰ ਕਰਦਾ, ਜਿਹਨੂੰ ਵੀ ਮੇਰਾ ਹਮਦਰਦੀ ਹੈ ਜਾਂ ਮੇਰਾ ਵੀਰ ਭਰਾ ਵਾ, ਉਹ ਇਸ ਗਾਣੇ ਸ਼ੇਅਰ ਕਰੂਗਾ ਕਮੈਂਟ ਕਰਕੇ, ਔਰ ਇੱਕ ਨਹੀਂ ਘੱਟੋ ਘੱਟ 5 ਕਮੈਂਟ ਜ਼ਰੂਰ ਕਰਿਓ ਜਿਹੜੇ ਸੱਚੇ ਦਿਲੋਂ ਸਾਨੂੰ ਮੰਨਦੇ ਆ, ਠੀਕ ਹੈ ਜੀ? ਔਰ ਆਪਾਂ ਉਹਨਾਂ ਦੇ ਚਰਨਾਂ 'ਚ ਧੂਲ ਆ,
ਇਹ ਤੁਹਾਡੇ ਪਿਆਰ ਸਦਕਾ ਗਾਣਾ ਵਾ, ਵਿਆਹ ਦੇ ਵਾਜੇ ਵੱਜਣਗੇ, ਮੇਰੇ ਵਜੇ ਤੁਹਾਡੇ ਵੱਜਣਗੇ। ਸੋ ਸਾਰਿਆਂ ਦੇ ਵਿਆਹ ਤਾਂ ਸਾਰੇ ਤਾਂ ਹੋਣੇ, ਤੁਹਾਨੂੰ ਪਤਾ ਹੀ ਹੈ ਫਿਰ। ਅਤੇ ਚਲੋ ਜੀ, ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ। ਮੇਰਾ ਨਾਮ ਜੀ ਨਵੀਂ ਸ਼ਰਮਾ, ਕਿੱਥੋਂ ਦੇ ਰਹਿਣ ਵਾਲੇ ਸਰ? ਮੈਂ ਅੰਮ੍ਰਿਤਸਰ ਤੋਂ ਜੀ। ਅਤੇ ਸਰ, ਜਿਹੜਾ ਨਵਾਂ ਜਿਹੜਾ ਤੁਹਾਡਾ ਪ੍ਰੋਜੈਕਟ ਆ ਰਿਹਾ, ਇਹਦੇ ਬਾਰੇ ਥੋੜ੍ਹੀ ਜਾਣਕਾਰੀ ਦੀ। ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਭਾਅ ਜੀ, ਵਿਆਹ ਦੇ ਵਾਜੇ, ਅਤੇ ਸਾਡੇ ਨੀਟੂ ਜੀ ਨੇ ਬਹੁਤ ਵਾਜੇ ਵਜਾਏ ਹੋਏ ਉਹਦੇ 'ਚ, ਅਤੇ ਤੁਸੀਂ ਸਾਰੇ ਜਣੇ ਜ਼ਰੂਰ ਦੇਖੋ। ਅਤੇ ਮੇਰੇ ਨਾਲ ਆਰਟਿਸਟ ਨੀਟੂ ਜੀ, ਵਰਪਾਲ ਜੀ, ਪੱਪੀ ਕਨਪੁਰੀਆ ਲਿਰਿਕਸ ਜਿਨ੍ਹਾਂ ਦੇ ਗਾਣੇ ਦੇ ਗਏ ਆ, ਡਾਇਰੈਕਟਰ ਸਾਹਿਬ। ਉਸ ਤੋਂ ਬਾਅਦ ਸਾਡੇ ਮੇਨ ਆਰਟਿਸਟ ਯੁਵਰਾਜ ਗਿੱਲ ਜੀ, ਅਤੇ ਮਿਊਜ਼ਿਕ ਡਾਇਰੈਕਟਰ ਰਾਜ ਜੀ, ਅਤੇ ਮਾਡਲ ਹਰਪ੍ਰੀਤ ਮੈਮ। ਸਰ, ਕੀ ਐਕਸਪੀਰੀਅੰਸ ਰਿਹਾ ਜਿਹੜਾ ਤੁਸੀਂ ਅੱਜ ਜਿਹੜਾ ਪ੍ਰੋਜੈਕਟ ਤੁਸੀਂ ਕੀਤਾ ਹੈ, ਕਿਸ ਤਰ੍ਹਾਂ ਦਾ ਜਿਹੜਾ ਐਕਸਪੀਰੀਅੰਸ ਰਿਹਾ ਤੁਹਾਡਾ? ਐਕਸਪੀਰੀਅੰਸ ਸਰ ਬਹੁਤ ਵਧੀਆ ਰਿਹਾ, ਮਤਲਬ ਸੌਂਗ ਸਾਰਿਆਂ ਰਲ ਮਿਲ ਕੇ ਬਹੁਤ ਮਿਹਨਤ ਕੀਤੀ ਹੈ, ਅਤੇ ਇੱਕ ਕੁਛ ਅਲੱਗ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਕਿ ਨੀਟੂ ਸ਼ਟਰਾਂ ਵਾਲੇ ਨੂੰ ਭਾਈ ਨੂੰ ਵਿੱਚ ਐਕਟ ਕਰਵਾਇਆ, ਇਸੇ ਵਾਸਤੇ ਕਰਵਾਇਆ ਕਿ ਕੁਛ ਅਲੱਗ ਕਰੀਏ, ਕੋਮੇਡੀ ਟੱਚ ਵੀ ਆ ਥੋੜ੍ਹਾ ਜਿਹਾ, ਅਤੇ ਫਨੀ ਜਿਹਾ ਸੌਂਗ ਮਤਲਬ ਹੈਗਾ ਸਰ। ਸਰ, ਕਿੰਨਵਾਂ ਪ੍ਰੋਜੈਕਟ ਹੈ ਸਰ ਤੁਹਾਡਾ? ਇਹ ਮੇਰਾ ਸਰ ਆਪਣਾ 5ਵਾਂ ਪ੍ਰੋਜੈਕਟ ਹੈਗਾ ਸਰ। ਠੀਕ ਹੈ, ਇਸ ਤੋਂ ਪਹਿਲਾਂ ਕਿਹੜੇ ਕਿਹੜੇ ਤੁਸੀਂ ਪ੍ਰੋਜੈਕਟ ਜਿਹੜੇ ਕੀਤੇ ਹੋਏ ਨੇ? ਸਰ, ਮੈਂ ਇਸ ਤੋਂ ਪਹਿਲਾਂ ਐਕਟਿਵਾ ਯਾਰਾਂ ਦਾ ਟਸ਼ਨ, ਕਿਸਾਨ ਸੌਂਗ ਕੀਤਾ ਜੀ। ਉਸ ਤੋਂ ਬਾਅਦ ਹੁਣ ਵਿਆਹ ਦੇ ਵਾਜੇ ਲੈ ਕੇ ਆ ਰਹੇ ਹਾਂ ਜੀ ਤੁਹਾਡੇ ਸਾਹਮਣੇ। ਕੀ ਵਿਆਹ ਦੇ ਵਾਜੇ ਜਿਹੜੇ, ਕੀ ਇਹ ਕਨਸੈਪਟ ਦਾ ਜਿਹੜਾ ਮੀਨਿੰਗ ਕੀ ਹੈ, ਜਾਂ ਕੀ ਮੈਸੇਜ ਦੇਣਾ ਚਾਹੁੰਦੇ? ਇਸ ਤਰ੍ਹਾਂ ਮਤਲਬ ਤੁਹਾਡੇ ਦਿਮਾਗ ਦੇ ਵਿੱਚ ਇਹ ਟਾਈਟਲ ਕਿਉਂ ਆਇਆ? ਇਹ ਟਾਈਟਲ ਸਰ ਥੋੜ੍ਹਾ ਸਾਡੇ ਰਾਈਟਰ ਸਾਹਿਬ ਦਾ ਪੂਰਾ ਯੋਗਦਾਨ ਹੈ, ਅਤੇ ਮੈਂ ਇਹਨਾਂ ਕੋਲ ਵੈਸੇ ਹੀ ਬੈਠਾ ਜਾਂ ਆਪਣਾ ਯਾਰਾਂ ਦਾ ਟਸ਼ਨ ਸੌਂਗ ਕੀਤਾ ਸੀ ਵੀ, ਕਹਿੰਦਾ ਭਾਅ ਜੀ ਕੁਛ ਨਾ ਯਾਰ ਸੌਂਗ ਕੁਛ ਅਲੱਗ ਜਿਹਾ ਕਰੀਏ ਆਪਾਂ, ਫਨੀ ਜਿਹਾ ਕੁਛ ਕਰੀਏ। ਅਤੇ ਮੇਰਾ ਦਿਮਾਗ 'ਚ ਮੈਂ ਕੀ ਕਰਨਾ ਫਨੀ ਦੱਸ, ਅਤੇ ਇਹ ਇੱਕਦਮ ਹੀ ਗੁਣਗੁਣਾਲਾ ਵਿਆਹ ਦੇ ਵਾਜੇ ਵਿਆਹ ਇੱਦਾਂ ਮਤਲਬ ਕਰਨ ਦਿਆ ਸੀ। ਅਤੇ ਮੈਂ ਯਾਰ ਇਹ ਕੀ ਆ, ਕਹਿੰਦਾ ਭਾਅ ਜੀ ਆਹੀ ਤਾਂ ਸਭ ਕੁਛ ਹੈਗਾ। ਮੈਂ ਕੀ ਹੈਗਾ, ਕਹਿੰਦਾ ਇਹੀ ਆਪਾਂ ਸੌਂਗ ਕਰਾਂਗੇ। ਅਤੇ ਇਹਨੇ ਭਾਈ ਨੇ 2 ਮਿੰਟ ਲਾਏ, ਮੈਂ ਕਿਹਾ 10 ਕੁ ਮਿੰਟ ਲੱਗੇ ਹੋਣੇ ਆ, ਅਤੇ ਵਿਆਹ ਦੇ ਵਾਜੇ ਇਹਨਾਂ ਨੇ ਇੱਕ ਪਹਿਲਾਂ ਪੈਰਾ ਬਣਾਇਆ, ਅਤੇ ਨਾਲ ਹੀ ਮੈਨੂੰ ਵੀ ਵਧੀਆ ਲੱਗਾ ਵਿਆਹ ਦੇ ਵਾਜੇ, ਡਰ ਡਰ ਬਿੱਲੋ ਇੱਦਾਂ ਮਤਲਬ ਸੌਂਗ ਵਧੀਆ ਲੱਗਾ ਮੈਨੂੰ। ਅਤੇ ਅਸੀਂ ਕਿਹਾ ਚਲੋ ਰੈਡੀ ਕਰਦੇ ਹਾਂ ਇਹਨੂੰ। ਫਿਰ ਰਾਜ ਜੀ ਨੇ ਸਾਨੂੰ ਪੂਰਾ ਸੰਯੋਗ ਦਿੱਤਾ, ਅਤੇ ਇਹਨਾਂ ਦੇ ਸੰਯੋਗ ਨਾਲ ਸੌਂਗ ਰੈਡੀ ਹੋ ਗਿਆ। ਡਰ ਡਰ ਬਿੱਲੋ ਕਦੇ ਹੁੰਦੇ ਨਾ ਪਿਆਰ ਨੀ, ਦਿਲ ਚੋਰ ਗਾਨੇ ਵਹਿਮ ਕੱਢ ਦੇ ਤੂੰ ਬਾਹਰ ਨੀ। ਡਰ ਡਰ ਬਿੱਲੋ ਕਦੇ ਹੁੰਦੇ ਨਾ ਪਿਆਰ ਨੀ, ਦਿਲ ਚੋਰ ਗਾਨੇ ਵਹਿਮ ਕੱਢ ਦੇ ਤੂੰ ਬਾਹਰ ਨੀ। ਦੇਖੀ ਮੇਰੀ ਹੀ ਬਰਾਤ ਆਓ ਬੱਲੀਏ ਕਰੇ ਤੇਰੇ ਦਰਵਾਜੇ, ਸਾਡੇ ਵੀ ਵਿਆਹ ਦੇ ਹਾਣ ਦੀਏ ਵੱਜਣਗੇ ਵਾਜੇ, ਸਾਡੇ ਵੀ ਵਿਆਹ ਦੇ ਹਾਣ ਦੀਏ ਵੱਜਣਗੇ ਵਾਜੇ। ਹਾਂਜੀ ਭਾਜੀ, ਹਾਂਜੀ ਮੈਮ, ਨਾਮ ਦੱਸ ਦਿਓ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਹਰਪ੍ਰੀਤ ਹੈਪੀ, ਔਰ ਨਵੀਂ ਜੀ ਦੇ ਨਾਲ ਫਸਟ ਟਾਈਮ ਕੰਮ ਕੀਤਾ ਹੈ, ਬਹੁਤ ਵਧੀਆ ਐਕਸਪੀਰੀਅੰਸ ਸੀ। ਨੀਟੂ ਸਰ ਦੇ ਨਾਲ ਬਹੁਤ ਵਧੀਆ ਐਕਸਪੀਰੀਅੰਸ ਸੀ, ਹੋਲ ਟੀਮ ਬਹੁਤ ਵਧੀਆ, ਮਤਲਬ ਸ਼ੂਟ ਦੇ ਟਾਈਮ 'ਤੇ ਮਸਤੀ ਪੂਰੀ, ਫਨ ਵਿਦ ਸ਼ੂਟ ਵਿਦ ਵਰਕ, ਬਹੁਤ ਮਜ਼ਾ ਆਇਆ, ਬਹੁਤ ਵਧੀਆ ਐਕਸਪੀਰੀਅੰਸ ਸੀ। ਔਰ ਗਾਣਾ ਰਿਲੀਜ਼ ਹੋ ਰਿਹਾ 1 ਜਨਵਰੀ ਨਿਊ ਈਅਰ 'ਤੇ, ਔਰ ਤੁਹਾਡੇ ਲਈ ਸਰਪ੍ਰਾਈਜ਼ ਹੈ, ਐਂਡ ਬਲੈਕ ਹਿਲ ਕੰਪਨੀ ਤੋਂ ਰਿਲੀਜ਼ ਹੋ ਰਿਹਾ ਹੈ। ਬਾਕੀ ਵਿਆਹ ਦੇ ਵਿੱਚ, ਵਿਆਹ ਦੇ ਵਾਜੇ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੈ ਕੌਮੇਡੀ ਆ ਬੇਸ ਆ, ਤੁਸੀਂ ਹੁਣ ਇਹ ਦੇਖੋ ਕਿ ਮੇਰਾ ਵਿਆਹ ਕਿਹਦੇ ਨਾਲ ਹੁੰਦਾ ਹੈ, ਤੁਹਾਨੂੰ ਕਲਾਈਮੈਕਸ 'ਤੇ ਦੇਖਣਾ ਪਏਗਾ। ਕਲਾਈਮੈਕਸ ਤੱਕ ਸਰਪ੍ਰਾਈਜ਼ ਹੈ ਤੁਹਾਡੇ ਲਈ ਕਿ ਨੀਟੂ ਜੀ ਆਏ ਸੀ ਮੈਨੂੰ ਵਿਆਹਣ ਲਈ। ਬਾਕੀ ਹੁਣ ਕੀ ਹੋਇਆ ਹੈ ਵਿਆਹ ਦੇ ਉੱਤੇ, ਉਹ ਤਾਂ ਤੁਸੀਂ ਹੁਣ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ। ਬਾਕੀ ਬਹੁਤ ਹੀ ਮਿਹਨਤ ਕੀਤੀ ਆ, ਫੁੱਲ ਸਪੋਰਟ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰਿਓ, ਕਮੈਂਟ ਕਰਿਓ, ਐਂਡ ਥੈਂਕ ਯੂ। ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਬਲੈਕ ਹਿਲ ਦਾ। ਮੈਸੇਜ ਤਾਂ ਇਹੀ ਆ ਜੀ, ਵਿਆਹ ਦੇ ਵੱਜਦੇ ਸਾਰਿਆਂ ਦੇ ਵੱਜਦੇ ਆ, ਬਹੁਤ ਵੱਜ ਨਹੀਂ ਹੁੰਦੇ ਆ। ਜਿਨ੍ਹਾਂ ਦੇ ਵੱਜ ਚੁੱਕੇ ਆ ਉਹਨਾਂ ਨੂੰ ਪਤਾ ਹੈਗਾ ਕਿੱਦਾਂ ਵੱਜਦੇ ਆ, ਅਤੇ ਜਿਨ੍ਹਾਂ ਨੂੰ ਹਾਲੇ ਨਹੀਂ ਵੱਜੇ ਉਹਨਾਂ ਨੂੰ ਸਿੱਖ ਲੈਣਗੇ। ਮਤਲਬ ਸ਼ਾਦੀ ਕਾ ਲੱਡੂ ਜੋ ਖਾਏ ਪਛਤਾਏ, ਜੋ ਨਾ ਖਾਏ ਉਹ ਪਛਤਾਏ, ਬਸ ਵਹੀ ਸੀਨ ਹੈ ਕਿ ਜੋ ਖਾ ਰਹਾ ਹੈ ਉਸਕੋ ਵੀ ਪਤਾ ਚੱਲ ਜਾਏਗਾ, ਜੋ ਨਹੀਂ ਖਾਇਆ ਉਹ ਲਲਚਾ ਰਹਾ ਹੈ।